ਪਰਮ ਸਤਕਾਰਯੋਗ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੀਏ ਤੇ ਆਖੀਏ ਤਾਂਸੀਰ ਸਤਗੁਰੂ ਜਗਜੀਤ ਸਿੰਘ ਜੀ ਤਾਂਸੀਰ ਸਤਗੁਰੂ ਉਦੇ ਸਿੰਘ ਜੀ ਸਾਧ ਸੰਗਤ ਜੀ ਸਾਖੀ ਸਬੰਧਿਤ ਹੈ ਬੀਬੀ ਪ੍ਰਕਾਸ਼ ਕੌਰ ਪਤਨੀ ਸੇਠ ਪਿਆਰਾ ਸਿੰਘ ਸਿਆਮ ਸਾਖੀ ਦਾ ਸਿਲੇਖ ਹੈ ਲਾਜਪਾਲ ਮੇਰੇ ਸਤਗੁਰ ਜਿਆ ਨਹੀਂ ਕੋਈ दुनिया में सारी वेखी है मेरे सतगुर जया नहीं कोई दुनिया में सारी वेखी है ऊंच अपार बेअंत स्वामी कौन जाने गुण तेरे इस मधुर संगीत दी लै मेरे कन्ना उस वेले पई जद मैं सवेर दी नेतनिम तो वेला हो सेठ प्यारा सिंह दे श्री वाले चुबारे दे दरवाजे वाल जा रहा सा ਅੰਦਰ ਕਦਮ ਰੱਖਿਆ ਤਾਂ ਬੀਬੀ ਪ੍ਰਕਾਸ਼ ਕੋਰ ਮੰਜੇ ਤੇ ਲੇਟੇ-ਲੇਟੇ ਨੇਤਰ मुੰਦੀ ਵਾਯੂ ਮੰਡਲ ਵਿੱਚ ਸੁਗੰਧੀ ਦਾ ਪਸਾਰ ਕਰ ਰਹੀ ਸੀ ਦਰਵਾਜ਼ੇ ਦਾ ਖੜਾਕ ਸੁਣ ਬੀਬੀ ਉੱਠ ਕੇ ਬਹਿ ਗਈ ਤੇ ਮੰਜੇ ਦੇ ਲਾਗੇ ਪਈ ਕੁਰਸੀ ਤੇ ਬੈਠਣ ਦਾ ਇਸ਼ਾਰਾ ਕੀਤਾ ਬੀਬੀ ਤੂੰ ਤਾਂ ਨੇ ਤੇਰਾ ਸਤਿਗੁਰੂ ਵੀ ਤਾਂ ਨੇ ਬੈਠਦਿਆਂ ਹੀ ਸ਼ਬਦ ਮੇਰੇ ਮੂੰਹੋਂ ਨਿਕਲੇ ਬੀਬੀ ਨੇ ਇੱਕ ਸੇਵ ਅਤੇ ਇੱਕ ਕੇਲਾ ਪੇਸ਼ ਕਰਦਿਆ ਪ੍ਰਸੰਤਾ ਪ੍ਰਗਟਾਈ ਤੇ ਮੂਡ ਉਹਨਾਂ ਪ੍ਰੇਮ ਲਹਿਰਾਂ ਵਿੱਚ ਗਵਾਚ ਗਈ ਵਾਹ ਮੇਰੇ ਗੁਰਦੇਵ ਤੇਥੋਂ ਬਲਿਹਾਰ ਸਦਕੜੇ ਵਾਰੀ ਕੋਲੀ ਤੇਰੀ ਉਪਮਾ ਮਹਿਮ ਫੱਕੀ ਵੀ ਨਹੀਂ ਕਰ ਸਕਦਾ ਤੂੰ ਉੜਿਆ ਥੁੜਿਆ ਦਾ ਸਹਾਰਾ ਤੂੰ ਕਲਰਾਂ ਵਿੱਚ ਕੌਲ ਪੈਦਾ ਕਰ ਦੇਵੇਂ ਤੂੰ ਬੰਜਰਾਂ ਨੂੰ ਗੁਲਜ਼ਾਰਾਂ ਵਿੱਚ ਬਦਲ ਦੇਵੇਂ ਤੂੰ ਉਜਾੜ ਬੀਆ ਬਾਨਾਂ ਵਿੱਚ ਗਹਿਮ ਗਹਿਮ ਕਰ ਦੇਵੇਂ ਤੇਰੀ ਮਹਿਮਾ ਨਹੀਂ ਹੋ ਸਕਦੀ ਬੀਬੀ یوں ਮਾਲੂਮ ਹੁੰਦਾ ਹੈ ਤੂੰ ਅਰਸ਼ਾਂ 'ਚ ਉਡਾਰੀयां ਮਾਰ ਰਹੀ ਏ ਇਸ ਮਾਤਲੋਕ ਵਿੱਚ ਵਿਖਾਈ ਨਹੀਂ ਦਿੰਦੀ ਨਹੀਂ ਮਾਸਟਰ ਜੀ ਇਹ ਕਲਪਨਾ ਨਹੀਂ ਇਹ ਤਾਂ ਸੱਚ ਹੈ ਇਸ ਵਿੱਚ ਆਤਕਥਨੀ ਦਾ ਸਵਾਲ ਨਹੀਂ ਬੈਦਾ ਹੁੰਦਾ ਮੈਨੂੰ ਗਾਲ ਤਾਂ ਕਰਨੀ ਆਉਂਦੀ ਨਹੀਂ ਐਵੇਂ ਹਲਪਲ ਲਦਿਆਂ ਹਾਂ ਪਲਲਦਿਆਂ ਹਨ ਬੀਬੀ ਤੂੰ ਕਹਾਣੀ ਛੂ ਸਤਗੁਰ ਦੇ ਗੁਣ ਬ੍ਰਹਮਾ ਵੀ ਨਹੀਂ ਗਾ ਸਕਦਾ ਸੁਰਸਤੀ ਵਰਣ ਨਹੀਂ ਗਾਰ ਸਕਨੀ ਮਾਸਟਰ ਜੀ ਤੁਸੀਂ ਠੀਕ ਕਹਿੰਦੇ ਹੋ ਪਰ ਮੈਂ ਕਰਾਂ ਵੀ ਕੀ ਜੇ ਮੇਰੀ ਰੋਮ ਰੋਮ ਨੂੰ ਜੀਭਾਂ ਲੱਗ ਜਾਣ ਤਾਂ ਵੀ ਸਤਗੁਰ ਦੇ ਉਪਕਾਰ ਨਹੀਂ ਗਿਣ ਸਕਦੀ ਮਹਾਪੁਰਸ਼ਾ ਕਿਹਾ ਹੈ ਕੀ ਸੱਤਾ ਸਮੁੰਦਰਾਂ ਦੀ ਸਿਆਹੀ ਹੋਵੇ ਸਾਰੀ ਧਰਤੀ ਕਾਗਜ਼ ਬਣ ਜਾਵੀ ਕੋਲ ਆਲਮ ਦੀ ਬਨਸਪਤੀ ਦੀਆਂ ਕਲਮਾਂ ਕਾੜ ਲਈਆਂ ਜਾਣ ਪੌਣ ਗੁਣੀ ਦੀ ਚਾਲ ਵਾਲੇ ਲਿਖਾਰੀ ਹੋਣ ਤਾਂ ਵੀ ਗੁਰਪੀਰਾਂ ਦੇ ਪਾਰੂ ਪਗਾਰ ਲਿਖੇ ਨਹੀਂ ਜਾ ਸਕਦੇ ਬੀਬੀ ਜੋ ਤੂੰ ਕਹਿ ਰਹੀ ਏ 16 ਅਨੇ ਸਾੱਚੇ ਲਓ ਸੁਣੋ ਬੀਬੀ ਤਜਿੰਦਰ ਕੌਰ ਦਾ ਸ਼ੂਭਾਨੰਦ ਕਾਰਜ ਸੀਟਰਮ ਸਿੰਘ ਨਾਲ ਹੋਇਆ ਮਾਪਿਆਂ ਬੜੀਆਂ ਖੁਸ਼ੀਆਂ ਮਨਾਈਆਂ ਸਜਣਾ ਮਿਤਰਾ ਸਾਖ ਸੰਵਨੀਆਂ ਵਧਾਈਆਂ ਦਿੱਤੀਆਂ ਨਵ-ਯੁਵਤੀ ਬੜਾ ਆਨੰਦਪੂਰਵਕ ਜੀਵਨ ਬਿਤਾਉਣ ਲੱਗੇ ਥੋੜਾ ਸਮਾਂ ਗੁਜ਼ਰਿਆ ਸੀ ਕਿ ਤੇਜਿੰਦਰ ਦੀ ਰੂਪ ਵਿੱਚ ਚਮਕ ਵੱਧਣ ਵਧਣ ਲੱਗ ਪਈ ਉਸ ਦਾ ਖੇੜਿਆ ਸਾੰਭਿਆ ਨਾ ਜਾਵੇ ਸਖੀਆਂ ਸਹੇਲੀਆਂ ਨੂੰ ਮੋਹਿਤ ਕਰੀ ਜਾਵੇ ਕੁਝ ਸਮੇਂ ਉਪਰੰਤ ਤੇਜਿੰਦਰ ਘਰ ਲੜਕੀ ਨੇ ਜਨਮ ਲਿਆ ਵਾ ਵਿਦਮਤਾ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਤੇ ਜਿੰਦਰ ਦੇ ਪੇਕੇ ਕਰੋੜਾ ਵਿੱਚ ਖੇਡਦੇ ਹਨ ਤੇ ਸਾਰੇ ਘਰ ਵੀ ਮਾਇਆ ਬੁਹਾਰੀ ਫੇਰਦੀ ਏ ਸਮਾਜ ਵਿੱਚ ਵੀ ਬੜਾ ਆਦਰ ਮਾਣੇ ਪਰ ਕੰਨਿਆ ਰੋਗੀ ਦਿਮਾਗ ਵਿੱਚ ਨੁਕਸ ਬੱਚੀ ਅਜਬ ਹਰਕਤਾ ਕਰੇ ਬੱਚੀ ਦੀ ਇਹ ਦਸ਼ਾ ਵੇਗ ਤੇ ਜਿੰਦਰ ਦੇ ਮਾਂਦੀ ਕਲੀ ਕੁਮਲਾਂਣ ਲਗੀ ਖੁਸ਼ੀਆਂ ਸੁਗਣਨੀਆਂ ਸੁਗੜਨੀਆਂ ਅਰੰਭੀਆਂ ਖੇੜੇ ਦੀ ਥਾਈ ਉਦਾਸੀ ਹਮਲ ਲਈ ਕੁਝ ਸਮੇਂ ਉਪਰੰਤ ਦੂਜੇ ਬੱਚੇ ਦੇ ਆਸਾਰ ਪ੍ਰਗਟੇ ਕੁਝ ਕਾਲ ਟਹਿ ਕੇ ਪਰ ਵਾ ਕਾਦਰ ਦੀ ਕੁਦਰਤੇ ਦੂਸਰੀ ਬੱਚੀ ਸੰਸਾਰ ਚਾਹੀ ਉਹ ਵੀ ਆਪਣੀ ਵੱਡੀ ਭੈਣ ਦੇ ਚੀਨਾ ਚਿਤਰਾ ਤੇ ਉਸੇ ਤਰ੍ਹਾਂ ਦੀਆਂ ਹਰਕਤਾਂ ਉਸੇ ਤਰ੍ਹਾਂ ਦਾ ਢਿਲਕਵੀਂ ਚਾਲ ਢਾਲ ਮਾਪਿਆਂ ਦੇ ਦਿਲਾਂ ਨੂੰ ਰੂਗ ਭਰਿਆ ਗਿਆ ਸਾਰੇ ਚਾਉ ਮਲਾਰ ਖੂ ਖਾਤੇ ਜਾਵੇਂ ਸੰਸਾਰੀਆਂ ਵਾਸਤੇ ਔਲਾਰ ਮਿੱਠਾ ਮੇਵਾਏ ਜੀ ਉਹ ਸੁਗੜ ਹੋਵੇ ਸੁੰਦਰ ਹੋਵੇ ਤੇ ਤੰਦਰੁਸਤ ਹੋਵੇ ਮਾਪਿਆਂ ਦੇ ਘਰ ਨੂੰ ਚਾਰ ਜਨ ਲਾਣ ਵਾਲੀ ਹੋਵੇ ਪਰ ਜੇ ਸੰਤਾਨ ਰੋਗੀ ਹੋਵੇ ਜਾਂ ਕਲੰਕੀ ਹੋਵੇ ਤਾਂ ਮਾਪਿਆਂ ਦਾ ਕਲੇਜਾ ਚੂਰ ਚੂਰ ਹੋ ਜਾਂਦਾ ਹੈ ਸੇਠ ਹੋ ਰਾਤੀ ਜਿੰਦਰ ਦੀ ਮੈਡੀਕਲ ਚੈੱਕਅਪ ਕਰਾਈ ਡਾਕਟਰ ਮੰਨਿਆ ਪ੍ਰਮੰਨਿਆ ਸੀ ਉਹ ਇਸ ਨਤੀਜੇ ਦੀ ਪੂਜਾ ਕੀ ਬੱਚੇ ਦੇ ਬੱਚੇ ਤੇ ਮਾਂ ਦਾ ਖੂਨ ਮਿਲ ਨਹੀਂ ਖਾਂਦਾ ਇਸ ਵਾਸਤੇ ਵਾਸਤੇ ਬੱਚੇ ਦਾ ਅਰੋਗ ਰਹਿਣਾ ਉਕਾ ਹੀ ਅਸੰਭਵ ਹੈ ਚੰਗਾ ਹੋਵੇ ਬੱਚਾ ਪੈਦਾ ਹੀ ਨਾ ਕੀਤਾ ਜਾਵੇ ਇਹ ਸੁਣ ਪਰਿਵਾਰ ਦਾ ਰੰਗ ਫੱਕ ਹੋ ਗਿਆ ਹੱਥਾਂ ਦੇ ਤੋਤੇ ਉੱਡ ਗਏ ਬੱਚਾ ਨਾ ਹੋਵੇ ਜਾਂ ਬੱਚਾ ਪੈਦਾ ਨਾ ਕੀਤਾ ਜਾਵੇ ਇਹ ਤਾਂ ਕਿਸੇ ਯੋਗੀ ਦੀ ਅਵਸਥਾ ਹੈ गृहस्थी वास्ते वारा नहीं खाता सरदा पुजदा परिवार हो सुख साधन होबनिया नवा बहारा होन, माहौल भी इशरत वाला हो वे, फेर संतान उक्का ना हो बिल्कुल नामुमकिन है डॉक्टर का यह सर्टिफिकेट भावें सारे परिवार वास्ते चिंता का बीमा सी पर वदेरे गामता। ਗਰੀਬਣੀ ਤੇ ਜਿੰਨਰ ਨੂੰ ਸੀ ਜਿਸ ਨੂੰ ਆਪਣਾ ਭਵਿੱਖ ਧੁੰਦਲਾ ਵਿਖਾਈ ਦੇਣ ਲੱਗ ਪਿਆ ਤੇ ਉਸ ਦਾ ਸ਼ੱਕ ਹੈ ਵਿਟਸੀ ਠੀਕ ਕਿਉਂਕਿ ਵਿਆਖਿਆ ਜਾਵੇ ਕਿ ਕਲਰੀ ਜ਼ਮੀਨ ਵੱਲ ਜੱਟ ਓਕਾ ਧਿਆਨ ਨਹੀਂ ਦਿੰਦਾ ਜੇ ਰੱਬ ਸਬੱਬੀ ਕਿਸੇ ਸਮੇਂ ਖੇਤ ਵਿੱਚ ਨਰਮ ਫਸਲ ਹੋਵੇ ਤਾਂ ਉਹ ਉਹਨੂੰ ਵਾਸ ਉੱਟਦਾ ਹੈ ਗਊ ਜੇ ਫੰਡਰ ਨਿਗਲੇ ਤਾਂ مالک ਡੰਡਾ ਮਾਰ ਬਾਹਰ ਕੱਢ ਦਿੰਦਾ ਹੈ ਜੇ ਬਾਗ ਵਿੱਚ ਕੋਈ ਅਜੇਹਾ ਰੁੱਖ ਨਜ਼ਰੀ ਪਵੇ ਜਿਹੜਾ ਫਲ ਨਾ ਦੇਵੇ ਜਾਂ ਫੁੱਲ ਵੀ ਨਾ ਲੱਗਦੇ ਹੋਣ ਤਾਂ ਮਾਲੀ ਕੁਹਾੜਾ ਲੈ ਉਸਦੇ ਦੁਆਲੇ ਆ ਹੁੰਦਾ ਹੈ ਪਰ ਹੁਣ ਤਾਂ ਰਾਹ ਵੀ ਸਾਫ਼ ਸੀ ਡਾਕਟਰੀ ਸਰਟੀਫਿਕੇਟ ਵਿਚਾਰੀ ਤੇਜਿੰਦਰ ਵਾਸਤੇ ਰਾਹੁਕੇਤੂ ਸੀ ਜਿਹੜੇ ਚੰਨ ਸੂਰਜ ਨੂੰ ਟਾਂਕ ਦਿੰਦੇ ਹਨ ਕਈ ਮਨ ਜੱਲੇ ਤਾਂ ਇੱਕ ਪਤਨੀ ਨੇ ਹੁੰਦਿਆਂ ਵੀ ਨਵਾਂ ਡੋਲਾ ਲਿਆ ਹੁੰਦੇ ਹਨ ਪਰ ਹੁਣ ਤਾਂ ਰਾਹ ਵੀ ਸਾਫ਼ ਸੀ ਭਾਵੇਂ ਸੇਠ ਧਰਮ ਸਿੰਘ ਜਾਂ ਉਹਨਾਂ ਦੇ ਮਾਤਾ ਪਿਤਾ ਦੇ ਮਨਾਵਿਚ ਚੰਗਾ ਮਾੜਾ ਖਿਆਲ ਨਾ ਆਇਆ ਪਰ ਤੇਜਿੰਦਰ ਦੇ ਮਨ ਗਮ ਘੂਣ ਵਾਂਗੂ ਖਾਨ ਲੱਗ ਪਿਆ ਡਾਕਟਰ ਦੇ ਕਥਨ ਉਪਰੰਤ ਮਾ ਪਿਓ ਭੈਣ ਭਰਾ ਕੀ ਕਰ ਸਕਦੇ ਹਨ ਹੁਣ ਤੇਜਿੰਦਰ ਦਾ ਮਨ ਗੁਰ ਚਰਨਾਂ ਵੱਲ ਦੌੜਿਆ ਐ ਵੀ ਚੰਗਾ ਹੋਇਆ ਨਹੀਂ ਤਾਂ ਗਰਜ਼ਮੰਦ ਗ੍ਰਿਹਸਤੀ ਹੋਰ ਟੂਣੀਆਂ ਟੰਗਰਾਂ ਵਿੱਚ ਫਸ ਜਾਂਦੇ ਹਨ ਤੇ ਝੁੱਗੇ ਨੂੰ ਉਜਾੜ ਬੈਨਦੇ ਹਨ ਲੋਕਾਂ ਦੀ ਹਾਸੀ ਵੱਖਰੀ ਹੁੰਦੀ ਹੈ ਤੇ ਜਿੰਦਰ ਨੇ ਆਪਣੀ ਨਾਨਨ ਬੀਬੀ ਅਬਨਾਸ਼ ਅੱਗੇ ਹਾੜਾ ਕਰਤਿਆ ਕਿ ਭੈਣ ਤੂੰ 사ਤਗੁਰਾਂ ਦੇ ਚਰਨਾਂ ਵਿੱਚ ਅਰਜ ਕਰ ਤਾਂ ਕਿ ਸੇਠ ਧਰਮ ਸਿੰਘ ਦਾ ਅੰਗਣਾ ਸੁਹਾਵਣਾ ਹੋਵੇ ਅਬਨਾਸ਼ ਨੂੰ ਆਪਣੇ ਪੇਕੇ ਘਰ ਦਾ ਮਾਨ ਸੀ ਉਸ ਸਾਧਗੁਰ ਜਗਜੀਤ ਸਿੰਘ ਵਿੱਚ ਜਾ ਹਾਜ਼ਰ ਹੋਈ ਤੇ ਸਾਰੇ ਵਿਥਿਆ ਸੁਣਾਈ ਪਏ ਸਾਧਗੁਰ ਸਾਧਗੁਰੇ ਓ ਮਾਜੀ ਇਹ ਬੜਾ ਚੋਜੀ ਏ ਜੇ ਰਾਜਾ ਹੋਵੇ ਤਾਂ ਤੁਰਤ ਫੁਰੰਤ ਚੋਲੀਆਂ ਭਾਰ ਦੇਵੀ ਨਹੀਂ ਤਾਂ ਡਾਲ ਵੀ ਦਿੰਦਾ ਹੈ ਸਾਧਗੁਰ ਜੀ ਬਚਨ ਕੀਤਾ ਬੀਬੀ ਤੂੰ ਸੇਠਣੀ ਪ੍ਰਕਾਸ਼ ਕੌਰ ਨੂੰ ਰਾਮ ਕਹਾਣੀ ਸੁਣਾ ਉਸ ਨੂੰ ਚੰਗੀ ਜਾਂਚ ਹੈ ਅਬਨਾਸ਼ ਇਹ ਸੁਣ ਮੁੜੀ ਤੇ ਭਜਾਈ ਨੂੰ ਸਾਰੀ ਗੱਲ ਗਏ ਸੁਣਾਈ जिंदर ਦੇ ਡੁੱਬਦੇ ਦਿਲ ਨੂੰ ਫੁਮਣਾ ਮਿਲਿਆ ਉਹ ਸਦਰਾ ਲੈ ਸਾਡੇ ਬੰਗਲੇ ਪੂਜੀ ਤੇ ਸਾਰੀ ਕਹਾਣੀ ਅਲਫ਼ ਤੋਂ ਇਹ ਤੱਕ ਸੁਣਾਈ ਉਸ ਦੀ ਵਿਠਿਆ ਸੁਣ ਮੇਰਾ ਮਨ ਸਾਰਗੁਰ ਜਗਜੀਤ ਸਿੰਘ ਜੀ ਦੇ ਚਰਨਾਂ ਨਾਲ ਜਾ ਜੁੜਿਆ ਚੁੱਪ ਹੋ ਗਈ یوں ਭਾਸੀ ਮੇਰੀ ਬੋਲਣ ਦੀ ਸ਼ਕਤੀ ਖਿੱਚੀ ਗਈ ਹੈ ਹੂੰ ਨਾ ਹਾਂ ਕੁਝ ਨਾ ਗਾਹਾਂ ਕੁਝ ਨਾ ਕਿਹਾ ਔੜੀ ਵੀ ਕੁਝ ਨਹੀਂ ਅੱਖਾਂ ਕੀ ਨਾ ਅੱਖਾਂ ਸੋਚਾਂ ਦੇ ਸਾਗਰ ਵਿੱਚ ਗੋਤੇ ਖਾਨ ਲੱਗੀ ਕੀ ਸਤਗੁਰ ਬੇਪ੍ਰਵਾਹ ਹਨ ਉਹ ਮੋਜ ਦੇ ਮਾਲਕ ਹਨ ਉਹਨਾਂ ਦੀ ਚਰਣਾ ਵਿੱਚ ਹੀਰੇ ਮੋਤੀ ਪੰਨੇ ਲਾਲਾਂ ਦੇ ਢੇਰਾਂ ਦੇ ਢੇਰ ਹਨ ਉਸ ਦੇ ਵਿੜੇ ਕਾਮ ਦੇ ਨਾਂ ਦੇ ਵਗਾਂ ਦੇ ਵਾਗ ਹਨ ਉਸ ਦੇ ਬਾਗ ਵਿੱਚ ਕਲ ਬ੍ਰੀਚਾ ਦਾ ਕੋਈ ਅੰਤ ਨਹੀਂ ਪਰ ਹਨ ਬੇਮਹਤਾਜ ਬੇਪ੍ਰਵਾਹ ਉਸ ਕੀ ਜ਼ੋਰ ਨਹੀਂ ਉਸ ਸਾਹਮਣੇ ਹੈ ਅਧੀਨਤਾ ਜੋਦੜੀ ਤੇ ਲਕਣੀ ਮੈਂ ਸਾਗੂ ਜੱਜੀਤ ਸਿੰਘ ਜੀ ਦੇ ਚਰਨਾ ਤੇ ਜਿਨ੍ਹਾਂ ਮਾਣ ਕਰਾਂ ਥੋੜਾ ਹੈ ਉਹਨਾਂ ਦੀ ਬਿਹਾਲਤਾ ਤੇ ਬਖਸ਼ਿਸ਼ਾਂ ਦੇ ਅੰਬਾਰ ਲੱਗੇ ਪਏ ਹਨ ਜਦ ਕਰ ਦੇਵੀ ਉਹਨਾਂ ਦੇ ਦਰ ਤੇ ਸਵਾਲੀ ਹੋ ਕੇ ਗਈ ਮੇਰੇ ਮਾਂਦਿਆ ਮੁਰਾਦਾਂ ਪੂਰੀਆਂ ਨੱਕੋ ਨੱਕ ਹੋਈਆਂ ਮੈਂ ਕਦੇ ਖਾਲੀ ਮੁੜੀ ਨਹੀਂ ਪਰ ਉੱਥੇ ਜ਼ੋਰ ਤੇ ਕੋਈ ਨਹੀਂ ਮੈਂ ਚੁੱਪ ਰਹੀ ਉਸ ਮੇਰੀ ਬਾਹ ਫੜੀ ਤੇ ਚੰਗੀ ਤਰ੍ਹਾਂ ਹਲੂਣਿਆ ਤੇ ਡਿੱਡੋ ਲੀਕੀ ਹੋ ਆਖਣ ਲੱਗੀ ਚਾਚੀ ਚਾਚੀ ਤੂੰ ਸੁਣਦੀ ਨਹੀਂ ਮੇਰੇ ਨਾਲ ਨਾਰਾਜ਼ ਈ ਤੂੰ ਮੇਰੇ ਨਾਲ ਚੱਲ ਤੇ ਸਾਧਗੁਰਾਂ ਦੇ ਚਰਣਾ ਵਿੱਚ ਅਰਜ ਕਰ ਤੇਰੀ ਸੱਚੇ ਬਾਸ਼ਾ ਬਹੁਤ ਸੁਣਦੇ ਹਨ ਮੇਰਾ ਮਨ ਡੋਬੂ ਖਾਨ ਲੱਗਾ ਕਿ ਆਖਾਂ ਤੇ ਕੀ ਆਖਾਂ ਡਾਕਟਰਾਂ ਦੇ ਲੋ ਕੋ ਰਜਵਾਬੇ ਸੱਚੇ ਬਾਸ਼ਾ ਵੀ ਰਜਾ ਦੇ ਮਾਲਕ ਹਨ ਕਹਿਣੋ ਡਰ ਲੱਗਦਾ ਏ ਤੇ ਨਾ ਕਰਨੀ ਵੀ ਕਠਨ ਸੀ ਜਦ ਕੋਈ ਚਾਰਾ ਚਲਦਾ ਨਾ ਵੇਖਿਆ ਤੇ ਕਿਹਾ ਚੰਗਾ ਬੀਬੀ ਰਾਣੀ ਅਰਜ ਕਰਾਂਗੇ ਜੇ ਖੈਰ ਪੈ ਜਾਵੇ ਇਹ ਉੱਤਰ ਸੁਣ ਤਿਜਿੰਦਰ ਤਾਂ ਮੂੜਾਈ ਪਰ ਮਨ ਬੇਚੈਨ ਕਬੂ ਮਨੁਆ ਉਭ ਚੜਤ ਹੈ ਕਬੂ ਜਾਏ ਪਿਆਲੇ ਇਹਨਾਂ ਦੇ ਦੇਨਾਂ ਵਿੱਚ ਕਈ ਇਹਨਾਂ ਦਿਨਾਂ ਵਿੱਚ ਕਈ ਸਮਾਗਮ ਵੀ ਖੁੰਝਾਏ ਨਾ ਇੰਡੀਆ ਆਈ ਨਾ ਸ੍ਰੀ ਪੰਡਜਪ ਦੇ ਦਰਸ਼ਨ ਕੀਤੇ ਕਿ ਜੇ ਗਈ ਤਾਂ ਸਾਧਗੁਰੂ ਅੱਗੇ ਸਵਾਲ ਕਰਾਂਗੀ ਤੇ ਜਿੰਨਰ ਨੂੰ ਕੀ ਉੱਤਰ ਦਿਆਂਗੀ ਇੱਕ ਵੀਰ ਬਿਨਾ ਦੱਸੇ ਦਿੱਲੀ ਆ ਗਈ ਤਾਂ ਕਿ ਤੇਜਿੰਦਰ ਨੂੰ ਪਿੰਖ ਵੀ ਨਾ ਪਾਵੇ ਗਰਜ਼ਮੰਦ ਹਾਰ ਸਮੇ ਚੌਕਸ ਰਹਿੰਦਾ ਹੈ ਉਸ ਨੂੰ ਪਤਾ ਲੱਗਦਿਆਂ ਨੋਟਾਂ ਦਾ ਥੈਲਾ ਭਰ ਸੂਟ ਕੇਸਾਂ ਨੂੰ ਕਪੜਿਆਂ ਨਾਲ ਤੂੜ ਦਿੱਲੀ ਹਾਮਲੀ ਤੇ ਉਹ ਪਹਿਲੀ ਰਾਤ ਚਾਚੀ ਚਾਲ ਭੈਣ ਸਾਹਿਬ ਚਾਚੀ ਚਾਲ ਭੈਣ ਸਾਹਿਬ ਕਾਰ ਜੋਦੜੀ ਸਾਧੂ ਜਗਜੀਤ ਸਿੰਘ ਜੀ ਦੇ ਚਰਨਾ ਵਿੱਚ ਮੇਨੀ ਮੋਜੂਨ ਹੋਈ ਸ਼੍ਰੀ ਭੈਣ ਸੇ ਪਹੁੰਚੀ ਸੇਵਾਦਾਰਾ ਡੇਰਾ ਲਵਾਇਆ ਤੇ ਸੱਚੀ ਪਾਸ਼ਾ ਦੇ ਚਰਨਾਂ ਵਿੱਚ ਅਰਜ ਪਹੁੰਚਾ ਦਿੱਤੀ ਕਿ ਸੇਠਣੀ ਪ੍ਰਕਾਸ਼ ਕੋਰ ਸ਼ਾਮ ਤੋਂ ਦਰਸ਼ਨ ਕਰਨਾ ਚਾਹੁੰਦੀ ਏ ਜਾਨੀ ਜਾਨ ਪਾਸ਼ਾ ਨੇ ਕਿਹਾ ਸੇਠਣੀ ਨੂੰ ਲੈ ਆਓ ਮੈਂ ਟੁਰ ਪਈ ਪਰ ਪੈਰ ਮਣ ਮਣ ਦੇ ਸੋਚੀ ਜਾਵਾਂ ਕੀ ਕਹਾ ਕੀ ਦੱਸਾਂ ਪਾਸ਼ਾ ਜੀ ਨੂੰ ਖੈਰ ਅਸੀਂ ਦੋਵੇਂ ਜਣੀਆਂ ਬਾਗ ਵਾਲੀ ਕੋਠੀ ਪੁੱਜੀਆਂ ਫਾਲਾ ਅਦਰਕ ਮੱਥਾ ਟੇਕਿਆ ਤਾਂ ਸਹੀ ਪਰ ਮੂੰਹ ਨੂੰ ਤਲਾਈ ਲੱਗ ਗਿਆ ਅੱਖਾਂ ਵਿੱਚੋਂ ਗੰਗਾ ਤੇ ਜਮਨਾ ਦੋਵੇਂ ਬੈਟੁਰੀਆਂ ਹਾੜ ਆ ਗਿਆ ਸੱਚੇ ਪਾਸ਼ਾ ਮੁਸਕੁਰਾਈ ਜਾਣ ਮੇਰੇ ਮੂੰਹੋਂ ਗਾਲ ਨਾ ਨਿਕਲੇ ਅੰਤ ਠਿੜਕਵੀਂ ਆਵਾਜ਼ ਵਿੱਚ ਗੁਰਨਗnai ਲਾਜਾਂ ਰੱਖ ਮੀਰੀਆਂ ਤੈਨੂੰ ਲਾਜਾਂ ਪਾਣ ਦੀਆਂ ਬਾਣਾ ਬੀਬੀ ਤੇਰਾ ਗੁਰ ਬਿਲਕੁਲ ਠੀਕ ਬਾਣੀ ਉਚਾਰਦੀ ਏ ਤਨ ਆਸਰੀ ਮਹਲਾ 5ਵਾਂ ਚਤੁਰ ਦਿਸਾ ਕੀ ਨੋਬਲੇ ਆਪਣਾ ਸਿਰ ਉਪਰ ਕਰ ਧਾਰਿਓ ਕ੍ਰਿਪਾ ਕਠਾਕਵ ਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰੱਖੇ ਗੁਰ ਗੋਬਿੰਦ ਕੰਠ ਲਾਏ ਆਵ ਗੁਣ ਸਭ ਮੀਟੇ ਦਿਹਾਲ ਪੁਰਖ ਬਖਸ਼ਣ ਰਹਾਓ ਜੋ ਮੰਗੇ ਠਾਕੂ ਰੇ ਆਪਣੀ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸਚੋ ਹੋਵੇ ਸੱਚੀ ਬਾਸ਼ਾ ਕਿ ਆ ਕਿ ਬੀਬੀ ਕੁਝ ਬੋਲਦਾ ਸਹੀ ਕਿਉਂ ਵੀ ਬਲੇ ਅਰਜ ਕੀਤੀ ਗਰੀਬ ਨਿਵਾਜ ਤਜਿੰਦਰ ਦੀ ਝੋਲੀ ਭਰ ਦਿਓ ਡਾਕਟਰਾਂ ਵੱਲੋਂ ਤਾਂ ਜਵਾਬ ਏ ਉਹ ਕਹਿੰਦੇ ਹਨ ਮਾਂ ਬੱਚੇ ਦਾ ਲਹੂ ਮਿਲ ਨਹੀਂ ਖਾਂਦਾ ਬੱਚਾ ਤੰਦਰੁਸਤ ਨਹੀਂ ਹੋ ਸਕਦਾ ਤੁਸੀਂ ਸੁਲੱਖਣੀ ਦੀ ਗੋਦ ਹਰੀ ਕੀਤੀ ਤੁਹਾਡੇ ਦਰ ਤੋਂ ਬਾਹਰ ਲੈ ਸੰਤ ਕਰਮ ਸਿੰਘ ਜੀ हिम्मतपुरिए अनेक ਹਨੇਰੇ ਕਰਾਂ ਵਿੱਚ ਚਾਨਣ ਕੀਤਾ ਸੀ ਕਈ ਬਾਝ ਇਸਤਰੀਆਂ ਨੂੰ ਸ਼ੇਰਾਂ ਵਰਗੇ ਬੱਚੇ ਬਖਸ਼ੇ ਸਨ ਤੁਸੀਂ ਮਾਲਕ ਹੋ ਇਹ ਕਹਿੰਦਿਆਂ ਮੈਂ ਚਰਨਾ ਵਿੱਚ ਲੇਟ ਗਈ ਚਰਨ ਕੁੱਟ ਕੇ ਫੜਲੇ ਸੱਚੇ ਪਾਸ਼ਾ छुड़ाਣ ਮੈਂ ਛੱਡਾ ਨਾ ਦੁਆਲੇ ਖੜੀਆਂ ਸੰਗਤਾਂ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਅਖੀਰ ਰਹਿਮਤਾ ਦੇ ਬੱਦਲ ਫਟੇ ਹਜ਼ੂਰ ਨੇ ਮੁਸਕੁਰਾਨਿਆ ਬਚਨ ਕੀਤਾ ਬੀਬੀ ਡਾਕਟਰ ਕੋਈ ਰੱਬ ਨੇ ਤੂ 사ਦਗੂ ਪਟਾਪ ਸਿੰਘ ਦੀ ਡੋਰੀ ਸੁਟ 40 ਦਿਨ ਇੱਕ মালা ਭਜੰਦੀ ਤੇ ਇੱਕ ਬਗੌਤੀ ਦੀ ਫੇਰ 사ਦਗੁਰਾਂ ਦੇ ਚਰਨਾਂ ਵਿੱਚ ਚਰ ਜਗਾਰ ਉਹ ਬਖਸ਼ਿਸ਼ ਜ਼ਰੂਰ ਕਰਨਗੇ ਐ ਸੁਣ ਮੇ ਚਰਨ ਛੱਡੇ ਮੱਥਾ ਟੇਕਿਆ ਤੇ ਦੋਵੇਂ ਡੇਰੇ ਮੁੜੀਆਂ ਹੁਣ ਤੇ ਜਿੰਦਰ ਲੱਗੀ ਮਾਇਆ ਵੰਡਣ ਪਹਿਲਾ ਇੱਕ ਵਰਨੀ ਕਰਾਈ ਸਾਧਾ ਨੂੰ ਮਾਇਆ ਕਪੜੇ ਤੇ ਜੋੜੇ ਅਰਪਣ ਕੀਤੇ ਸ਼੍ਰੀ ਰਿ ਭੈਣੀ ਸੈਭੋ ਸ਼੍ਰੀ ਜੀਵਨ ਨਗਰਵਾਲ ਤਿਆਰੀ ਕੀਤੀ ਉੱਥੇ ਵੀ ਮਹਾਰਾਜ ਤੇ ਬੇਬੇ ਜੀ ਦੇ ਦਰ ਚਰਨ ਪਰਸੇ ਇੱਕ ਵਰਨੀ ਕਰਵਾਈ ਲੀੜਾ ਕਪੜਾ ਸਾਧਾ ਨੂੰ ਅਰਪਣ ਕੀਤਾ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਸਿਆਮ ਨੂੰ ਮੁੜੀਆਂ ਤੇ ਜਿੰਦਰ ਨੇ ਵਾਪਸ ਪੁੱਜ ਚਾਲੀ ਸਾ ਤੋਰ ਦਿੱਤਾ ਦਸੇ ਅਨੁਸਾਰ ਤੂੰਪ ਦੀਪ ਰੱਖ ਸ਼ੁਰੂ ਕੀਤਾ ਪਰ ਮੇਰੀ ਚਿੰਤਾ ਵੱਧਦੀ ਜਾਵੇ ਸੋਚਾਂ ਸੋਚਾਂ ਸੱਚੇ ਬਾਦਸ਼ਾਹ ਲੱਜਪਤ ਦੇ ਮਾਲਕ ਹਨ ਡਾਕਟਰ ਵੀ ਬੜਾ ਲਾਇਕ ਹੈ ਕਿ ਉਸ ਆਪਣੇ ਵੱਲੋਂ ਪੂਰੀ ਤਸੱਲੀ ਕਰਕੇ ਕਹਿਆ ਸੀ ਜੇ ਹੁਣ ਅਰਦਾਸ ਪ੍ਰਵਾਨ ਨਾ ਹੋਈ ਤਾਂ ਡੁੱਬ ਮਰਨ ਦਾ ਮੁਕਾਮ ਹੈ ਕਿਸ ਨੂੰ ਮੂੰਹ ਵਿਖਾਵਾਂਗੀ ਲੋਕ ਸਾਧਗੁਰਾਂ ਦੀ ਵੀ ਨੀਂਂਦਿਆ ਕਰਨਗੇ ਇਸ ਦੋਸ਼ ਦੀ ਵੀ मैं ही भागी बनागी उस वे जिन्हें मूँह उतनिया गल् पर वाह 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 मेरे चीनी वाले पाशाह तेरे वास ठीक पा पानी चन्न सूरज तरत आकाश विज्ञान अधूरा डॉक्टरी डॉक्टरी भी खत्म सतगुरु बचन अटल मन मन गया मन मन गया ਕੀ ਸਾਧਗੁਰ ਠੀਕ ਰੇਖ ਵਿੱਚ ਮੇਕ ਮਾਰ ਸਕਦਾ ਹੈ ਵਿਗੜੀ ਸਵਾਰ ਸਕਦਾ ਹੈ ਖੋਟਿਆਂ ਨੂੰ ਖਰੇ ਕਰ ਸਕਦਾ ਹੈ ਪੱਥਰਾਂ ਵਿੱਚ ਵੀ ਜਾਨ ਪਾ ਸਕਦਾ ਹੈ ਠੀਕ 9 ਮਹੀਨੇ ਮਗਰੋਂ ਜਨਵਰੀ ਦੇ ਬਾਲ ਨੇ ਜਨਮ ਲਿਆ ਸੇ ਧਰਮ ਸਿੰਘ ਦਾ ਵੇੜਾ ਖੁਸ਼ੀਆਂ ਨਾਲ ਭਰ ਗਿਆ ਵਧਾਈ ਦੇਣ ਵਾਲਿਆਂ ਦਾ ਤਾਨਤਾ বাজ ਗਿਆ ਦਾਦਕੇ ਨਾਨਕੇ ਜਾਮੀਆਂ ਵਿੱਚ ਫੁੱਲੇ ਨਾ ਸਮਾਨ ਸੱਚੀ ਬਾਸ਼ਾ ਸਾਗੂ ਜਗਜੀਤ ਸਿੰਘ ਜੀ ਦੇ ਚਰਣਾ ਵਿੱਚ ਕੋਟਾਨ ਕੋਟਾਨ ਧੰਨਵਾਦ ਕਰਦਿਆਂ ਵਧਾਈ ਦੀ ਤਾਰ ਭੇਜੀ ਮੁੜ ਦਰਸ਼ਨ ਦੇਣ ਲਈ ਵਿਖਰੀ ਬਿਨਾ ਪੱਤਰ ਕਲੀ ਗ੍ਰੀਮ ਨਿਵਾਜੀ ਸੇਵਕਾਂ ਸਹੀ ਦਰਸ਼ਨਾ ਦੀ ਕਿਰਪਾਲਤਾ ਕੀਤੀ ਵੱਡਾ ਮੇਲਾ ਹੋਇਆ ਸੰਗਤਾਂ ਨੂੰ ਮਹੂਮਾ ਦਰਸ਼ਨ ਦਿੱਤੇ ਮੇਰੀ ਝੋਲੀ ਵਿੱਚ ਕਾਕੇ ਨੂੰ ਪਾਇਆ ਇੱਕ ਸੋਨੇ ਦੀ ਮਾਲਾ ਨਗਦੀ ਤੇ ਹੋਰ ਬਸਤਰ ਰੱਖ ਪ੍ਰੇਮ ਹੰਝੂ ਕਰਦੇ ਆਂ ਕਾਕੇ ਨੂੰ ਮੱਥਾ ਟਿਕਾਇਆ ਸੱਚੇ ਬਾਸ਼ ਬਖਸ਼ਿਸ਼ ਕਰਦਿਆਂ ਬੱਚੇ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖਿਆ ਤੇ ਸੇਟ ਕਹਿ ਕੇ ਬੁਲਾਣ ਲਗੇ ਬਸ ਇਤਨਾ ਕਹਿ ਸੀਸ ਚਰਨਾ ਦੇ ਰੱਖਿਆ ਸੋਹਣੀ ਦਸਤਾਰ ਵਾਲਿਆਂ ਤੇਰੀ ਉਪਮਾ ਕਥੀ ਨ ਜਾਵੇ ਸੋਹਣੀ ਮਾਲਾ ਵਾਲਿਆਂ ਤੇਰੀ ਮਹਿਮਾ ਕਹੀ ਨ ਜਾਵੇ ਸਾਰੀ ਆਖੀਏ ਸੰਸੀ ਸਤਿਗੁਰੂ ਜਗਜੀਤ ਸਿੰਘ ਜੀ ਉਹਨਾਂ ਦੇ ਚਰਨਾਂ ਵਿੱਚ ਸਾਡੀ अनेकाਵਾਰੀ ਦੰਡੋਂ ਬੰਦਨਾ ਹੈ